ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੂਸੇ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਆ ਦੋਸਤੋ, ਨੇੜੇ ਝਬਾਲ ਆ ਅਤੇ ਸੁਰ ਸਿੰਘ ਦੀ ਦੂਰੀ ਵੀ ਥੋੜ੍ਹੀ ਹੈਗੀ ਆ। ਮੇਨ ਜਿਹੜਾ ਦੋਸਤੋ ਭਿੱਖੀ ਪਿੰਡ ਤੋਂ ਝਬਾਲ ਅੰਮ੍ਰਿਤਸਰ ਰੋਡ ਦੇ ਉੱਪਰ ਪਿੰਡ ਹੈਗਾ ਮੂਸੇ। ਤੋ ਵੀਰ ਹੀਰੇ ਦੇ ਕੋਲ ਆਏ ਹਾਂ ਦੋਸਤੋ, ਅਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ। 3 ਮੱਝਾਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਅਤੇ 2 ਵਿਹੜਾਂ ਹੋਣਗੀਆਂ। ਪਸ਼ੂ ਆਲ ਓਵਰ ਜਿੰਨੇ ਹੋਣਗੇ ਦੋਸਤੋ, ਸੂਏ ਸਵਾਏ ਹੈਗੇ ਆ, ਠੀਕ ਆ। ਢੁੱਕੀਆਂ ਮੱਝਾਂ 3 ਢੁੱਕੀਆਂ ਅਤੇ ਵਿਹੜਾਂ 3, ਜਿਹੜੀਆਂ 2 ਵਿਖਾਵਾਂਗੇ, ਦੋਵੇਂ ਸੂਈਆਂ ਨੇ, ਠੀਕ ਆ ਜੀ। ਇੱਕ ਢੇਰੀ ਮੱਝ ਹੋਵੇਗੀ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ। ਸੋ ਕਿੰਨਾ ਕਿੰਨਾ ਸਮਾਂ ਲੈ ਜਾਣਗੀਆਂ ਜੇ ਸੁਣ ਦੇ ਵਿੱਚ ਪੂਰੀ ਗੱਲਬਾਤ ਆ ਉਹ ਵੀਰ ਦੇ ਨਾਲ ਕਰ ਲਾਂਗੇ ਆਪਾਂ। ਅੱਜ ਦੋਸਤੋ 3 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਮੋਰਨਿੰਗ ਸੁਬਾਹ 4 ਅਗਸਤ ਨੂੰ ਜਿਹੜੀ ਵੀਡੀਓ ਅਪਲੋਡ ਕਰ ਦਿਆਂਗੇ। ਸੋ ਚਾਹਵਾਨ ਵੀਰ ਜਿਹਨੂੰ ਪਸ਼ੂ ਪਸੰਦ ਆਊਗਾ, ਜਿਹੋ ਜਿਹਾ ਪਸ਼ੂ ਪਸੰਦ ਆਊਗਾ ਦੋਸਤੋ, ਉਹਦੀ ਤੁਸੀਂ ਖਾਸ ਤੌਰ 'ਤੇ ਗੱਲਬਾਤ ਆ ਉਹ ਦਿੱਤੇ ਹੋਏ ਨੰਬਰਾਂ 'ਤੇ ਕਰ ਸਕਦੇ ਹੋ, ਠੀਕ ਹੈ ਜੀ। ਰੇਟ ਭਾਅ ਪੜਤਾ ਪੁੱਛ ਲਿਓ, ਬਾਕੀ ਚੁਆਈ ਆ ਤਿਪਕੇ ਪਸ਼ੂ ਜਿਹੜੇ ਗੱਭਣ ਉਹਨਾਂ ਨੂੰ ਘਰੇ ਤਸੱਲੀ ਜ਼ਰੂਰ ਕਰ ਲਿਓ, ਠੀਕ ਹੈ ਜੀ। ਅਤੇ ਜਿਹੜਾ ਪਸ਼ੂ ਸੋਇਆ ਉਹਦੀ ਚੁਆਈ ਕੋਈ 1 ਟਾਈਮ 2 ਟਾਈਮ ਜ਼ਰੂਰ ਕਰ ਲਿਓ। ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਹੀਰੇ ਬਾਈ ਕੀ ਹਾਲ ਨੇ? ਵਧੀਆ ਭਾਅ ਜੀ, ਵਧੀਆ ਜੀ, ਤੁਸੀਂ? ਠੀਕ ਠਾਕ ਜੀ, ਹਾਂ ਵਧੀਆ, ਕਿਰਪਾ ਮਹਾਰਾਜ ਜੀ। ਅੱਛਾ ਭਰਾ, ਵੀ ਤੁਸੀਂ ਪਸ਼ੂ ਵਪਾਰ ਦਾ ਕੰਮ ਤੁਸੀਂ ਛੱਡ ਦਿੱਤਾ ਸੀਗਾ? ਹਾਂਜੀ, 2 ਮਹੀਨਾ ਕੰਮ ਬੰਦ ਕਰਤਾ ਸੀ ਵਿੱਚ। ਹਾਂਜੀ ਹਾਂਜੀ ਭਾਅ ਜੀ, ਠੀਕ ਹੈ ਠੀਕ ਹੈ। ਨਾਲ ਇੱਕ ਵਾਰੀ ਫਿਰ ਜਿਹੜਾ ਸਟਾਰਟ, ਹਾਂਜੀ, ਉਦੋਂ ਆਪਾਂ 2 ਵੀਡੀਓ ਬਣਾਏ ਸੀ, ਉਦੋਂ ਡੰਗਰ ਵੇਖਦੇ ਰਹੇ ਆਪਾਂ, ਉਹਦੇ ਵਿੱਚ ਆਪਾਂ ਵੀਡੀਓ ਪਾਈਆਂ ਸੀ, ਪਾਈਆਂ ਸੀ, ਦਿਖਾਏ ਸੀ ਪਸ਼ੂ ਆਪਾਂ। ਹਾਂਜੀ ਹਾਂਜੀ, ਪਾਈਆਂ ਸੀ। ਅਤੇ ਅੱਜ ਹੀਰੇ ਭਾਈ ਪਸ਼ੂ 5 ਲੱਗ ਨੇ ਟੋਟਲ? ਹਾਂਜੀ 5, 3 ਢੁੱਕੀਆਂ ਮੱਝਾਂ। ਮੱਝਾਂ ਢੁੱਕੀਆਂ ਨੇ, ਹਾਂਜੀ। ਦਿਨ ਕਿੰਨੇ ਕਿੰਨੇ ਲੈ ਜਾਣਗੀਆਂ ਜੀ? ਇਹਦੇ ਮੀਣੀ ਮਾਈ ਦੇ ਦਿਨ 5 ਤਰੀਕ ਨੂੰ ਇਹਦੇ ਪੂਰੇ ਹੁੰਦੇ ਆ ਦਿਨ, ਇਹਦੇ 5 ਤਰੀਕ ਨੂੰ ਉੱਤੇ ਲੈ ਜਾ, 2-4 ਦਿਨ ਇਹ ਨਹੀਂ ਕਹਿ ਸਕਦੇ, ਠੀਕ ਹੈ ਜੀ। ਹਾਂਜੀ, ਮੀਣੀ ਢੇਲੀ ਜਿਹੜੀ ਦੋਸਤੋ ਇਹ ਮੱਝ ਆ, ਠੀਕ ਆ। ਅਤੇ ਸੂਆ ਭਾਈ ਕਿੰਨਵਾਂ ਸੂਗੀ? ਉਹ ਨਾ ਤੀਜਾ ਦੱਸਿਆ, ਇਹਦੇ ਗਾੜੀ ਦਾ ਕਹਿ ਨਹੀਂ ਹੋ ਸਕਦੇ, ਤੀਜੇ ਸੂਏ ਗਿਆ। ਅੱਛਾ, ਤੀਜਾ ਸੂਆ, ਹਾਂਜੀ, ਜਿੱਥੋਂ ਖਰੀਦੀ ਆ ਤੀਜਾ ਸੂਆ ਕਿਹਾ? ਹਾਂਜੀ, ਤੀਜੇ ਸੂਏ ਸੋਹਣੀ ਆ, ਸੋਹਣੀ ਆ, ਹਾਂਜੀ। ਤੀਜਾ ਸੂਆ ਸੂਗੀ ਅਤੇ ਦਿਨ ਹਫ਼ਤੇ ਤੋਂ ਬਾਅਦ ਲੈ ਜੂਗਾ ਜੇ? ਹਫ਼ਤਾ ਜਿਹੜਾ ਦੋਸਤੋ ਸਮਾਂ ਲੈ ਜੂ, ਪਰ ਉੱਪਰ ਵੀ ਵੀਰਾਂ ਦਾ ਵੀ ਰਾਜ਼ੀ ਆ ਅਤੇ ਮੱਝ ਉੱਪਰ ਵੀ 2-3 ਦਿਨ ਉੱਪਰ ਵੀ ਲੈ ਕੇ ਜਾ ਸਕਦੀ ਹੈ, ਠੀਕ ਆ। ਹਵਾਨਾ ਕਾਫੀ ਵਧੀਆ ਹੈਗਾ, ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਦੋਸਤੋ, ਪੱਧਰ ਲੇਵਾ ਮੁੱਠੀ ਵਾਲਾ ਥਾਣਾ, ਠੀਕ ਆ ਜੀ। ਬਿਲਕੁਲ ਪਤਲੇ ਚੰਮ ਦੇ ਵਿੱਚ ਆ, ਪਿੰਡਾਂ ਵੇਖੋਗੇ ਤਾਂ ਬਿਲਕੁਲ ਪਤਲਾ ਪਿੰਡਾ, ਕੱਦਗੜ ਪੂਰਾ ਉੱਚਾ, ਵੱਡੇ ਕੱਦਗੜ ਦੀ ਆ, ਠੀਕ ਆ ਜੀ। ਡਰਾਇਓ ਜੀ, ਪੂਰੀ ਰਾਜ਼ੀ ਆ ਜਿਹੜੀ ਦੋਸਤੋ ਮੱਝ, ਪੂਰੇ ਵਜਨ ਵੱਟੇ ਵਾਲੀ ਆ। ਰੋਕ ਲਿਓ ਜੀ, ਆ ਵੇਖ ਲਓ ਪਤਲੀ ਚਮੜੀ ਦੀ ਮੱਝ। ਹਾਂ ਹਾਂਜੀ ਹਾਂਜੀ, ਇੱਧਰ ਵੇਖ ਲਓ, ਕਿੱਥੋਂ ਮਰਜ਼ੀ ਬੋਟਲ, ਬਹੁਤ ਪਤਲੀ ਚਮੜੀ ਆ। ਲਿਓ ਜੀ, ਹਾਂਜੀ ਹਾਂਜੀ, ਠੀਕ ਆ, ਬਿਲਕੁਲ ਕਾਗਜ਼ ਵਰਗੀ ਕੇ। ਹਾਂਜੀ ਹਾਂਜੀ, ਅਤੇ ਆਹ ਥੰਮ ਥੋਂ ਹੈ ਜੀ, ਹਫ਼ਤਾ ਪੂਰਾ ਦੋਸਤੋ ਪੂਰਾ ਲੇਵਾ ਬਣਾਊਗੀ ਹਜੇ, ਠੀਕ ਆ। ਹਫ਼ਤੇ ਵਿੱਚ ਪੂਰਾ ਲੇਵਾ ਹਵਾਨਾ ਜਿਹੜਾ ਖੋਲ੍ਹ ਲਊਗੀ, ਅਤੇ ਵੇਖਾਂ ਵੇਖਾਂ ਵੇਖੋਗੇ ਅਗਲੇ ਅਤੇ ਪਿਛਲੇ ਥਾਣਾਂ ਦੀਆਂ ਵਿੱਚ ਗੈਪ ਕਾਫੀ ਆ, ਬੇਸ਼ੱਕ ਥੋੜ੍ਹਾ ਜਿਹਾ ਸੱਜੇ ਖੱਬੇ ਬਹਿਣੀ ਦੇ ਵਿੱਚ ਥੋੜ੍ਹਾ ਜਿਹਾ ਘੱਟ ਫਰਕ ਹੋਊਗਾ, ਪਰ ਅਗਲੇ ਪਿਛਲੇ ਥਾਣਾਂ ਦੇ ਵਿੱਚ ਗੈਪ ਪੂਰਾ ਜੀ, ਠੀਕ ਆ। ਲੈ ਜਾਓ ਜੀ, ਬਹੁਤ ਲੇਵਾ ਬਣਾਏ ਲੈ। ਕੋਈ ਪਤਾ ਲੱਗਾ ਜੀ ਪਿੱਛੋਂ ਜਿੱਥੋਂ ਲਈ ਖਰੀਦੀ ਕਿੰਨਾ ਕੁ ਮਿਲਕ ਵੈਸੇ ਚਵਾਉਂਦੀ ਰਹੀ? ਉਹ 15 ਕਿਲੋ ਕਹਿੰਦੇ ਸੀ, 13-14 ਕਿਲੋ ਦੇਗੀ ਮੱਝ, ਆਪ ਪਤਾ ਲੱਗਣ ਦਿਆ। 15 ਕਿਲੋ ਤੋਂ ਘੱਟ ਤਾਂ ਕੋਈ ਵੀਰ ਨਹੀਂ ਕਹਿੰਦਾ ਨਾ ਪਸ਼ੂ ਵੈਸੇ, ਪਰ ਫਿਰ ਵੀ 12-13 ਵਾਲੀ ਤਾਂ ਆਪਾਂ, 13-14 ਕਿਲੋ ਦੁੱਧ ਮੱਝ ਕੱਢ ਦੇਗੀ, ਹਾਂਜੀ, ਠੀਕ ਆ। 13 ਠੀਕ ਆ ਜੀ। ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਦੋਸਤੋ, ਤਿਪ ਕੇ ਤਸੱਲੀ ਤੁਸੀਂ ਕਰ ਲਿਓ। ਆਹ ਬਿਲਕੁਲ ਵਹਿਣੀ ਵਾਲੇ ਪਾਸਿਓਂ ਆਹ ਥਣ ਦੀ ਸ਼ੇਪ 'ਚ,
ਪੂਰੀ ਵੱਡੀ ਮੱਝ ਆ, ਬਾਕੀ ਰੇਟ ਮੁੱਲ ਪੁੱਛਦੇ ਆ। ਹੀਰੇ ਭਾਈ ਕਿੰਨਾ ਮੁੱਲ ਫਿਰ ਲੈਣ ਦੇਣ? 80,000 ਕਰਦੇ ਜਾਇਜ਼ ਮੁੱਲ ਕਰਨਾ। 80,000? ਹਾਂਜੀ। ਲੈਣ ਦੇਣ ਕੇ ਛੋਟ ਛਪਾ ਹੁੰਦਾ ਵਿੱਚ? ਹਾਂ ਕਰਾਂਗੇ ਛੋਟ ਛਪਾ। ਹਾਂ 2,000 ਕਰਾਂਗੇ, 3 ਕਰਾਂਗੇ, 75,000 ਦੀ ਮੱਝ ਆਪਾਂ ਦੇ ਦਾਂਗੇ। 75,000 ਦੀ? ਹਾਂ ਦੇ ਦਾਂਗੇ। ਠੀਕ ਹੈ ਭਰਾ, 75,000 ਦੀ ਜਿਹੜੀ ਦੋਸਤੋ ਫੁੱਲ ਵੱਡੀ ਮੱਝ ਤੁਹਾਨੂੰ ਮਿਲੂਗੀ, ਕੋਈ ਸ਼ੱਕ ਨਹੀਂ ਹੈਗਾ ਗਾ, ਠੀਕ ਹੈ ਜੀ। ਪਰ ਤੁਸੀਂ ਆਪਦੀ ਤਸੱਲੀ ਕਰ ਲਿਓ, ਜਿੱਡੀ ਦਿਖਾਈ ਗਈ ਉੱਡੀ ਚੀਜ਼ 'ਚ ਤੁਹਾਨੂੰ ਇਸ ਘਰੋਂ ਮਿਲੂਗੀ। ਇਹ ਨਹੀਂ ਵੀ ਛੋਟਾ ਜਿਹਾ ਪਸ਼ੂ ਹੋਊਗਾ ਅਤੇ ਵੱਡਾ ਵਿਖਾਇਆ ਗਿਆ, ਵੱਡੀ ਮੱਝ ਤਾਂ ਵੱਡੀ ਕਹੀ ਜਾਊਗੀ, ਪੂਰੀ ਉੱਚੀ ਹਾਈਟ ਆ। ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ 'ਤੇ ਜਿਹੜੀ ਆਹ ਤੁਹਾਨੂੰ ਝੋਟੀ, ਦੂਜੇ ਸੂਬੇ ਆ? ਹਾਂ ਦੂਜੇ ਸੂਬੇ। ਇਹ ਵੀ ਗੱਬਣ ਨਾ ਬਾਈ? ਹਾਂ ਇਹ ਵੀ। ਕਿੰਨੇ ਕੁ ਦਿਨ ਲੈ ਜੂ ਅਜੇ? ਇਹ ਹਫ਼ਤਾ ਲੈ ਜੂਗੀ। ਹਫ਼ਤਾ ਵੀ ਲੈ ਜੂਗੀ, ਠੀਕ ਆ। ਹਾਂਜੀ। ਅਤੇ ਸੂਆ ਦੂਜਾ, ਬਾਕੀ ਆਹ ਮੂੰਹ ਮੱਥਾ ਇੱਕ ਵਾਰੀ ਫੇਸ ਕੁਆਲਿਟੀ ਵੇਖੋ ਜੀ, ਠੀਕ ਠੀਕ ਆ। ਅਤੇ ਪੂਛ ਜਿਹੜੀ ਦੋਸਤੋ ਮਗਰੋਂ ਹਾਫ ਵਾਈਟ ਆ, ਬਾਕੀ ਮੱਥਾ ਮੁੱਥਾ ਬਿਲਕੁਲ ਵੇਖੋਗੇ ਤਾਂ ਬਿਲਕੁਲ ਬਲੈਕ ਆ, ਠੀਕ ਆ। ਆਹ ਲੈ ਜੂ ਜੀ, ਠੀਕ ਆ। ਇੱਕ ਹਫ਼ਤਾ ਬਾਕੀ ਹੈ, ਬਾਕੀ ਥਣ ਦੇ ਬਾਅਦ ਤੁਹਾਡੇ ਸਾਹਮਣੇ ਆ ਕਰ ਦਿੰਦੇ ਹਾਂ। ਦੇਖੋ ਹਾਈਟ ਕੱਦ ਦੀ ਜਿਹੜੀ ਦੋਸਤੋ, ਇਹ ਵੀ ਝੋਟੀ ਚੰਗੀ ਖਾਸੀ ਆ, ਪੂਰੀ ਵੱਡੀ ਆ, ਠੀਕ ਆ, ਛੋਟੀ ਨਹੀਂ ਹੈਗੀ। ਪਿੱਠ ਪੁੜਾ ਬਿਲਕੁਲ ਚੌੜਾਈ ਦੇ ਵਿੱਚ ਅਤੇ ਪਤਲੇ ਚੰਮ ਦੇ ਵਿੱਚ ਆ, ਚਮੜੀ ਬਿਲਕੁਲ ਪਤਲੀ ਆ। ਹੀਰੇ ਭਾਈ ਤਿੱਪਣ ਕਿਵੇਂ? ਵਧੀਆ, ਬਹੁਤ ਤਿੱਪਣ ਦਾ ਆਇਆ, ਤਿੱਪਣ ਗਰਮ ਕਰਦੇ, ਭੋਲੀ ਬਹੁਤ ਆਈ ਆ। ਅੱਛਾ ਅੱਛਾ, ਹਾਂਜੀ ਹਾਂਜੀ। ਵੀਰ ਕਹਿੰਦਾ ਵੀ ਤਿੱਪਣ ਇੱਕ ਨੰਬਰ ਆ, ਬਾਕੀ ਪਸ਼ੂ ਥੋੜ੍ਹਾ ਜਿਹਾ ਦੋਸਤੋ ਘਰਾਂ ਦੇ ਵਿੱਚੋਂ ਨਿਕਲਦਾ, ਥੋੜ੍ਹਾ ਜਿਹਾ ਡਰਦਾ ਜ਼ਰੂਰ ਹੁੰਦਾ, ਠੀਕ ਆ, ਜਦੋਂ ਕੋਲ ਆਪਾਂ ਮਾੜਾ ਮੋਟ ਜਾਂਦੇ ਹਾਂ। ਅਤੇ ਆਹ ਸਕਿਨ ਵੇਖ ਸਕਦੇ ਹੋ ਤੁਸੀਂ, ਠੀਕ ਆ। ਆ ਲਓ, ਠੀਕ ਆ, ਬਾਕੀ ਅਗਲੇ ਪਿਛਲੇ ਥਾਣੇ ਦੇਖ ਲਓ। ਹਾਂਜੀ, ਸਿੰਗੀ ਸੁੰਗੀ ਬਹੁਤ ਵਧੀਆ, ਚੰਗੀ ਸੁੰਗੀ ਹੈ ਅਤੇ ਫੁੱਲ ਵੱਡੀ ਹਾਈਟ ਆ, ਠੀਕ ਆ ਜੀ। ਹਾਈਟ ਸੋਹਣੀ ਆ, ਨਿੱਗਰ ਆ, ਰਾਜੀ ਆ ਪੂਰੀ ਵਜਨ ਵਾਲੀ। ਅਤੇ ਕੋਈ ਗੱਲ ਨਹੀਂ, ਅਤੇ ਆਹ ਥਣ ਥੁਣਾ ਜੀ ਲੇਵਾ ਵੇਖੋ ਤੁਸੀਂ, ਠੀਕ ਆ, ਥਣ ਥੁਣ ਦਾ ਸਹਿਜ ਵੇਖ ਸਕਦੇ। ਅਤੇ ਹੀਰੇ ਭਾਈ ਕਿੰਨਾ ਮੁੱਲ ਇਹਦਾ ਫਿਰ ਲੈਣ ਦੇਣ ਕੀ ਕੀਤਾ ਜੀ? ਮੁੱਲ 80,000 ਕਰਦੇ ਇਹਦਾ। ਹਾਂਜੀ, 2,000 ਛੱਡਣਾ, 3 ਛੱਡਣਾ, 75,000 ਦੀ ਪੂਰੀ ਦੀ ਦੇ ਦਾਂਗੇ ਆਪਾਂ। 75 ਦੀ? ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਝੋਟੀ ਬਹੁਤ ਵੱਡੀ ਆ, ਕੱਦ ਕਾਠ ਪੂਰਾ, ਸੂਨ ਦੇ ਵਿੱਚ ਹਫ਼ਤਾ ਬਾਕੀ ਆ। ਆਹ ਝੋਟੀ ਬਿਲਕੁਲ ਤੁਹਾਡੇ ਸਾਹਮਣੇ ਆ ਸੈਕਿੰਡ ਨੰਬਰ ਤੇ। ਇੱਕ ਆਹ ਤੀਜੇ ਨੰਬਰ ਤੇ ਤੁਹਾਨੂੰ ਜਿਹੜੀ ਮੱਝ ਦਿਖਾਉਣੀ ਆ, ਇਹ ਵੀ ਟੁੱਕੀ ਆ ਗੱਭਣ, ਠੀਕ ਆ। ਮੂੰਹ ਮੱਥੇ ਦੀ ਵੇਖੋ ਬਿਲਕੁਲ ਪਤਲਾ ਪਿੰਡਾ, ਠੀਕ ਆ। ਤੇ ਸੂਆ ਕਿੰਨਾ ਹੋਊਗਾ ਵੱਧ ਤੋਂ ਵੱਧ ਜੀ? ਸੂਆ ਤੀਜਾ ਚੌਥਾ ਵੀ ਕਹਿ ਨਹੀਂ ਸਕਦੇ, ਸਾਡੀ ਕਿਹੜੀ ਕਰਦੀ ਆ, ਬਿਲਕੁਲ। ਹਾਂ ਪੰਜਵਾਂ ਮੰਨ ਲੈ, ਚੌਥਾ ਮੰਨ ਲੈ, ਚੌਥਾ ਮੰਨ ਲੈ, ਪੰਜਵਾਂ ਮੰਨ ਲੈ, ਐਵੇਂ ਬਾਅਦ ਚ ਅਸੀਂ ਕਹਿ ਦਈਏ ਤੀਜੇ ਸੂਗੇ ਆ। ਹਾਂ ਹਾਂ, ਇਹ ਗੱਲਾਂ ਇਹ ਆਪਾਂ ਇਹ ਗੱਲ 'ਚ ਨਹੀਂ ਪੈਣਾ, ਠੀਕ ਆ। ਬਾਕੀ ਆ ਸਾਹਮਣੇ ਆ ਸਾਰਾ ਕੁਝ, ਸਾਹਮਣੇ ਵਿੱਚ ਬੇਸ਼ੱਕ ਦੋਸਤੋ ਹੈਗੀ ਆ, ਪਰ ਦੁੱਧ ਵੱਲੋਂ ਵੀ ਖਰੀ ਆ। ਬਾਕੀ ਤਿੱਪਣ ਕਿਵੇਂ? ਵਧੀਆ ਨਿਕਲੀ, ਬਹੁਤ ਤਿੱਪਣ ਸਾਫ। ਫਿਲਹਾਲ ਦੁੱਧ ਜਿਹੜਾ 10 ਕੁ ਲੀਟਰ ਹੈ ਦੋਸਤੋ ਇਹਨੇ ਪਾਈ ਜਾਣਾ ਨੋਰਮਲੀ, ਠੀਕ ਹੈ। ਅਤੇ ਫੇਸ ਕੁਆਲਿਟੀ, ਮੂੰਹ ਮੱਥੇ ਦੀ, ਸਿੰਗਾਂ ਦੀ ਬਣਤਰ ਵੀ ਚੰਗੀ ਹੈ। ਨੋਰਮਲੀ ਕਈ ਵਾਰ ਹੁੰਦਾ ਵੀ ਪਸ਼ੂ ਔੜ ਜਿਹਾ ਹੁੰਦਾ ਮੂੰਹ ਮੱਥੇ ਤੋਂ ਸਿੰਗਾਂ ਤੋਂ, ਪਰ ਸਿੰਗਾਂ ਸੁੰਗਾਂ ਦੀ ਬਣਤਰ, ਫੇਸ ਕੁਆਲਿਟੀ
ਤੇ ਥਣ ਥੁਣ ਲੇਵੇ ਤੇ ਬੜੀ ਸਾਫ ਆ ਦੇਖੋ ਦਿਨ ਕੱਢ ਜੂ ਪੰਜ ਸੱਤ ਦਿਨ ਕੱਢ ਜਾਣੇ ਭਾਜੀ ਬਹੁਤ ਕੱਢ ਜਾਣੇ ਠੀਕ ਹੈ ਪੰਜ ਸੱਤ ਦਿਨ ਲੈ ਜੂ ਹਜੇ ਹਾਂਜੀ ਲੈ ਜੂ ਜੀ ਹਾਂਜੀ ਤੋੜ ਲਈਏ ਠੀਕ ਹੈ ਹੀਰੇ ਭਰਾ ਕਿੰਨਾ ਮੁੱਲ ਫਿਰ ਇਹਦਾ ਰੱਖਿਆ ਜੀ ਇਹਦਾ ਜਾਇਜ਼ ਹੀ ਰੱਖਿਆ ਮੁੱਲ ਆ ਕੀ ਲੈਣ ਦੇਣ ਫਿਰ ਇਹਦਾ 55,000 ਮੁੱਲ ਕਰਦੇ ਹਾਂ 55,000 ਹਾਂਜੀ ਹਾਂਜੀ ਮਾਨ ਤਾਨ ਪੂਰਾ ਕਰ ਦਾਂਗੇ ਆਪਾਂ 52,000 ਦੀ ਦੇ ਦਾਂਗੇ 52 ਦੀ ਹਾਂਜੀ ਹਾਂਜੀ ਠੀਕ ਹੈ ਭਰਾ 52,000 ਦੀ ਦੋਸਤੋ ਵੀਰਾਂ ਦਾ ਵੀ ਦੇ ਦਾਂਗੇ ਠੀਕ ਆ ਵੀਰ ਕੋਈ ਭਰਾ ਆਵੇ ਮਾਨ ਤਾਨ ਕਰਾਂਗੇ ਇਹ ਨਹੀਂ ਮਾਨ ਤਾਨ ਜ਼ਰੂਰ ਹੋਊਗਾ ਪਹਿਲਾਂ ਵੀ ਦੋਸਤੋ ਆਪਾਂ ਵੀਡੀਓ ਪਾਈਆਂ ਨੇ ਇਸ ਘਰੋਂ ਤੋਂ ਅਤੇ ਪਸ਼ੂ ਜਿੰਨੇ ਵੀ ਪਾਏ ਸਾਫ਼ ਸੁਥਰੇ ਸੀ ਅਤੇ ਰੇਟ ਜਾਇਜ਼ ਵੀ ਸੀਗਾ ਠੀਕ ਆ ਭਾਅ ਪੜਤਾ ਬੜਾ ਜਾਇਜ਼ ਸੀਗਾ ਉਸ ਵੇਲੇ ਵੀ ਅਤੇ ਹੁਣ ਵੀ ਤਕਰੀਬਨ ਇਹ 55,000 ਆ ਅਤੇ 52,000 ਦੀ ਹਾਂ ਨਾ ਹੋ ਜੂਗੀ ਠੀਕ ਆ ਨਹੀਂ ਹੋਰ ਮਾਨ ਤਾਨ ਕਰਦਾ ਕੋਈ ਵੀਰ ਭਰਾ ਆਊਗਾ ਇਹ ਨਹੀਂ ਕੋਈ ਚੱਕਰ ਠੀਕ ਆ 52 ਦੇ ਵਿੱਚੋਂ ਵੀ ਵੀਰਾਂ ਦਾ ਵੀ ਹੋਰ ਮਾਨ ਤਾਨ ਕਰਾਂਗੇ ਕੋਈ ਇਹ ਗੱਲ ਨਹੀਂ ਹੈਗੀ ਵੀ 52 ਦੀ ਹੀ ਦਿੱਤੀ ਜਾਊਗੀ ਇਸ ਤੋਂ ਬਾਅਦ ਇੱਕ ਦੋਸਤੋ ਕੈਟਾਗਰੀ ਉਹ ਬੈੜਾਂ ਦੀ ਹੈਗੀ ਦੋ ਬੈੜਾਂ ਨੇ ਤਾਜ਼ੀਆਂ ਸੂਈਆਂ ਨੇ ਬਿਲਕੁਲ ਸੱਜਰਾਂ ਅਤੇ ਆਹ ਬੈੜ ਤੀਜੇ ਦਿਨ ਦੀ ਸੂਈ ਹੈ ਅੱਜ ਤੀਜਾ ਦਿਨ ਹਾਂਜੀ ਅਤੇ ਸੂਆ ਸੂਆ ਦੂਜਾ ਇਹਦਾ ਅੱਛਾ ਜੀ ਹਾਂਜੀ ਕੱਢ ਲੱਗੋ ਵੀ ਬਾਹਰ ਕੱਢ ਲਓ ਵੀ ਸੂਆ ਦੂਜਾ ਵੀਰ ਕਹਿੰਦਾ ਪਿਆ ਠੀਕ ਆ ਅਤੇ ਥੱਲੇ ਬੱਚਾ ਜਿਹੜਾ ਬੱਚਾ ਤੀਜੇ ਦਿਨ ਦੇ ਵਿੱਚ ਅੱਜ ਖਵਾਨਾ ਕਾਫੀ ਵਧੀਆ ਦੋਸਤੋ ਖਾਣਦੇ ਵਾ ਬੜਾ ਸਫਾਈ ਵਾਲਾ ਅਤੇ ਦੁੱਧ ਹੁਣ ਬੋਲੇ ਦੇ ਵਿੱਚ ਕਿੰਨਾ ਕੁ ਚੋਇਆ ਜੀ ਇਹਦੇ ਥੱਲੇ ਹੁਣ ਮਿੰਤੀ ਵਾਲਾ 14 ਕਿਲੋ ਬੋਲਾ ਹੈਗਾ 14-15 ਕਿਲੋ ਪਰ 14 ਹੀ ਤੁਸੀਂ ਮਿਲਣੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ 14 ਕਿਲੋ ਬੋਲਾ 14 ਕਿਲੋ ਐਵੇਂ ਜ਼ਿਆਦਾ ਦੱਸਿਆ ਤਾਂ ਫਾਇਦਾ ਥੋੜ੍ਹਾ ਲੈ ਲੰਮੀ ਖੰਡ ਤੋੜ ਲਓ ਲਓ ਵੀ ਭਰਾਵੋ ਆ ਬੈਠ ਤੁਹਾਡੇ ਸਾਹਮਣੇ ਆ ਤੀਜੇ ਦਿਨ ਦੀ ਸੂਈ ਉਹ ਤਾਂ ਆਖਿਆ ਪਹਿਲੇ ਸੂਈ 18 ਕਿਲੋ ਚੋਇਆ ਅੱਛਾ ਜੀ ਠੀਕ ਹੈ ਠੀਕ ਹੈ ਹੁਣ ਮਤਲਬ ਕਿ 14 ਕਿਲੋ ਬੋਲੇ ਤੇ ਨਾ ਹਾਂਜੀ ਦੋਦੇ 20 ਕਿਲੋ ਦੇ ਦਿੰਗੇ ਹੂੰ ਲਾ ਰੱਖ ਲੈ ਇੱਕ ਲਾ ਬਾਕੀ ਥਣ ਦੇਵਾ ਜਿਹੜਾ ਦੋਸਤੋ ਪੂਰਾ ਵੱਡੀਆਂ ਬੈਠਾ ਜਿਹਨਾਂ ਥਣ ਦੇਵਾ ਲੱਗਾ ਵੀ ਜਿਵੇਂ ਆਪਾਂ ਕਰੀਏ ਵੀ ਕੋਸਟਲੀ ਬੈੜਾਂ ਹੁੰਦੀਆਂ ਵੀ ਥਣ ਦੇਵੇ ਵੀ ਬਹੁਤ ਜ਼ਿਆਦਾ ਸਫਾਈ ਆਹ ਦੇਖੋ ਪੂਰਾ ਵੱਡਾ ਆਰਡਰ ਸਾਈਜ਼ ਹੈਗਾ ਠੀਕ ਹੈ ਆਹ ਬੱਚੀ ਤਾਜ਼ੀ ਸੂਈ ਨਾ ਬੱਚੀ ਦਾ ਕਰਦੀ ਪਈ ਹੈ ਬੱਚੇ ਦਾ ਕਰਦੀ ਆਹ ਬੱਚੇ ਦਾ ਚਲੋ ਜੀ ਲੈ ਜਾ ਕੋਈ ਗੱਲ ਨਹੀਂ ਚਲੋ ਜੀ ਲੈ ਜਾ ਬਾਕੀ ਚਵਾਈ ਚਵੀ ਕਿੱਦਾਂ ਰਹੀ ਹੈ ਬਹੁਤ ਪੋਲੀ ਚਵਾਈ ਚਵਾਈ 2 ਮਿੰਟਾਂ ਚ ਚੋਦੀ ਜੀ ਇਹਦੇ ਅੱਛਾ ਜੀ ਬਹੁਤ ਚਵਾਈ ਚੰਗੀ ਠੀਕ ਹੈ ਠੀਕ ਤੇ ਮੁੱਲ ਹੀ ਰਹਿੰਦਾ ਕਿੰਨਾ ਵੀਰ ਮੁੱਲ ਇਹਦਾ 50,000 ਕਰਦੇ ਆ ਤੇ ਪੂਰੇ 45,000 ਦੀ ਦੇ ਦਾਂਗੇ 45,000 ਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਉਹਦੇ 'ਚ ਵੀ ਹੋ ਜੂ ਛੋਟ ਛੋਟਾ ਕਰਾਂਗੇ ਜ਼ਰੂਰ ਕਰਾਂਗੇ ਮਾਨ ਤਾਨ ਕਰਾਂਗੇ ਕਿਹੜਾ ਆਵੇ ਵੀਰ ਭਰਾ ਮਾਨ ਤਾਨ ਕਰੀਦਾ ਤੇ ਕਰਾਂਗੇ ਬਿਲਕੁਲ ਹਾਂ ਇਤਰਾ ਭਾਵੇਂ ਜਵਾਗ ਬਹਿ ਜਾਏ ਥੱਲੇ ਕੋਈ ਚੱਕਰ ਨਹੀਂ ਬਹੁਤ ਠੰਡੀ ਆ ਠੀਕ ਹੈ ਜੀ ਬਾਕੀ ਆਹ ਬੈੜ ਆ ਦੋਸਤੋ 45,000 ਦੇ ਵਿੱਚੋਂ ਵੀ ਛੋਟ ਛੋਪਾ ਹੋ ਜੂਗਾ ਠੀਕ ਆ ਮੁੱਲਾਂ ਦਾ ਵੀਰ ਵੀ ਭਾਵੇਂ 50 ਮੰਗ ਲਓ 52 ਮੰਗ ਲਓ ਅਤੇ 45,000 ਦੇ ਵਿੱਚੋਂ ਮਾਨ ਤਾਨ ਹੋਊਗਾ ਠੀਕ ਆ ਘਰ ਆਇਆ ਅਤੇ ਬਾਕੀ ਥਣ ਦੇ ਵੀ ਤੁਸੀਂ ਵੇਖ ਹੀ ਲਈ ਆ ਵਧੀਆ ਚੰਗੀ ਸਾਫ ਆ ਬਿਲਕੁਲ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਣ ਠੀਕ ਆ ਵੱਛਾ ਥੱਲੇ ਹੈਗਾ ਇਹ ਨੋਟ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਜਰਸੀ ਵੱਛੀ ਹੈ ਜੀ ਜਰਸੀ ਆ ਜੀ ਜਰਸੀ ਬੈੜ ਕੱਢ ਲਓ ਬਾਅਦ ਇਹ ਮਹੀਨੇ ਦੀ ਸੂਈ ਆ ਅੱਛਾ ਜੀ
ਜਰਸੀ ਵੈਰ ਆ ਦੋਸਤੋ, ਜਿਹੜੀ ਦੂਜੇ ਨੰਬਰ ਤੇ ਤੁਹਾਨੂੰ ਦਿਖਾਵਾਂਗੇ ਮਹੀਨੇ ਦੀ ਸੂਈ ਬੱਚਾ ਸਾਡੇ ਇਹ ਗਾਂ ਆ ਇਹ ਗਾਂ ਜੀ ਹਾਂਜੀ ਹਾਂਜੀ ਇਹ ਨਹੀਂ ਗੱਲ ਕਰਦੇ ਸੁਭਾ ਕਰਮਾ ਤੀਜਾ ਚੌਥਾ ਆ ਤੀਜਾ ਵਾਲੇ ਚੌਥਾ ਕਿ ਆਪਣੀ ਘਰ ਦੀ ਨਹੀਂ ਆ ਅੱਛਾ ਜੀ ਹਾਂਜੀ ਸੁਭਾ ਕੋਈ ਤੀਜਾ ਵੀਰ ਮੰਨ ਲੈ ਚੌਥਾ ਮੰਨ ਲੈ ਵੀਰਾਂ ਦਾ ਵੀ ਆਪਾਂ ਅੱਗੋਂ ਖਰੀਦਿਆ ਪਸ਼ੂ ਬਾਕੀ ਆਪਦੀ ਸਮਝ ਆ ਤੁਹਾਡੀ ਜਿੱਥੋਂ ਤੱਕ ਤੁਸੀਂ ਮੰਨ ਕੇ ਲੈ ਕੇ ਜਾਣਾ ਤੇ ਮਹੀਨੇ ਕੀ ਦੀ ਸੂਈ ਆ ਸੁਭਾ ਤੀਜਾ ਚੌਥਾ ਹੋ ਸਕਦਾ ਠੀਕ ਆ ਹਾਈਟ ਮੀਡੀਅਮ ਆ ਬਿਲਕੁਲ ਦਰਮਿਆਨੀ ਹਾਈਟ ਦੇ ਵਿੱਚ ਕੋਈ ਚੱਕਰ ਨਹੀਂ ਆ ਕੋਈ ਪਰਵਾਹ ਨਹੀਂ ਇਹਨੇ ਠੀਕ ਆ ਦਰਮਿਆਨੀ ਹਾਈਟ ਆ ਤੇ ਹੀਰੇ ਭਰਾ ਕਿੰਨਾ ਕੁ ਦੁੱਧ ਹੁਣ ਦੇ ਰਹੀ ਆ ਦੁੱਧ ਭਾਵੇਂ 12 ਕਰੀਏ ਭਾਵੇਂ 13 ਕਰੀਏ 11 ਕਿਲੋ ਠੰਡਾ ਦੁੱਧ ਹੈਗਾ 11 ਕਿਲੋ ਹਾਂਜੀ ਦੁੱਧ ਜਿਹੜਾ ਮਤਲਬ ਮਿਹਨਤੀ ਕਰ ਲਈ ਹਾਂਜੀ ਮਿਹਨਤੀ ਵਾਲਾ 11 ਕਿਲੋ ਠੀਕ ਹੈ ਥੱਲੇ ਬੱਚਾ ਹੈ ਨਾ ਹਾਂ ਬੱਚਾ ਜੀ ਠੀਕ ਆ ਜੀ ਚਵਾ ਵਧੀਆ ਚੰਗਾ ਚਵਾ ਪੂਰਾ ਵਧੀਆ ਠੀਕ ਹੈ ਹਾਂ ਸਾਨੂੰ ਘਰ ਵਾਲਿਆਂ ਨੇ ਇਹ ਗੱਲ ਕਹੀ ਆ ਤੀਜੇ ਸੂਏ ਕਹਿ ਕੇ ਦਿੱਤੀ ਸਾਨੂੰ ਹਾਂ ਠੀਕ ਹੈ ਜੀ ਸੋ ਬਿਲਕੁਲ ਨੋਰਮਲ ਜਿਹੜੇ ਪਸ਼ੂ ਆ ਦੋਸਤੋ ਘਰਾਂ ਦੇ ਵਿੱਚੋਂ ਨਿਕਲਦੇ ਆ ਸੋ ਹਰ ਕਵੀਰ ਨੂੰ ਪਤਾ ਵੀ ਜਦੋਂ ਘਰੋਂ ਕਿਸੇ ਨੇ ਵੇਚਣਾ ਪਸ਼ੂ ਉਹ ਵੀ ਭਾਵੇਂ ਚੌਥੇ ਪੰਜਵੇਂ ਸੂਬੇ ਹੋਵੇ ਉਹ ਵੀ ਆਉਂਦਾ ਵੀ ਮੇਰਾ ਦੂਜੇ ਸੂਬੇ ਪਰ ਕਹਿ ਕੇ ਤੀਜੇ ਦਿੱਤੀ ਆ ਤੁਸੀਂ ਚੌਥਾ ਮੰਨ ਲਿਓ ਠੀਕ ਆ ਜੀ ਅਤੇ ਸੂਬਿਆਂ ਦੀ ਜਿਹੜੀ ਆ ਦੋਸਤੋ ਇੰਨੀ ਕੁ ਗੱਲ ਆ ਉਹਲਾ ਜਿਹੜਾ ਹੈਗਾ ਕੋਈ ਵੀ ਕੋਈ ਨਾ ਕੋਈ ਭਾਵੇਂ ਘਰ ਵਾਲੇ ਵੀਰਾਂ ਦੀ ਗੱਲ ਕਰ ਲਈਏ ਜਿਹਨਾਂ ਘਰੋਂ ਪਸ਼ੂ ਸੇਲ ਕਰਨਾ ਉਹ ਵੀ ਕਰ ਜਾਂਦੇ ਆ ਅਤੇ ਵਪਾਰ ਦੇ ਵਿੱਚ ਜਿਹੜੇ ਬੇਸ਼ੱਕ ਵੀਰਾਂ ਦਾ ਵੀ ਆਪਾਂ ਤੀਜੇ ਸੂਬੇ ਮੰਨ ਕੇ ਖਰੀਦੀਏ ਪਰ ਤੁਸੀਂ ਚੌਥਾ ਮੰਨ ਲਿਓ ਠੀਕ ਆ ਲਓ ਜੀ ਅਤੇ ਬਿਲਕੁਲ 11 ਲੀਟਰ ਜਿਹੜਾ ਦੁੱਧ ਨੈੱਟ ਹਾਜ਼ਰ ਆ ਅਤੇ ਹਾਈਟ ਦਰਮਿਆਨੀ ਆ ਠੀਕ ਆ ਕੋਈ ਵੀਰ ਦੂਰੋਂ ਨੇੜਿਓਂ ਆ ਜਾਵੇ ਇੱਥੇ ਆ ਕੇ ਤੁਸੀਂ ਆਖੋ ਵੀ ਹਾਈਟ ਫੁੱਲ ਵੱਡੀ ਆ ਜਾਂ ਮੀਡੀਅਮ ਮੀਡੀਅਮ ਤੋਂ ਥੱਲੇ ਦਰਮਿਆਨੀ ਹਾਈਟ ਆ ਠੀਕ ਆ ਜਰਸੀ ਪਿਓਰ ਆ ਅਤੇ ਜਰਸੀ ਜਿਹੜੀ ਪਿਓਰ ਆ ਠੀਕ ਆ ਜੀ ਹੀਰੇ ਭਾਈ ਕੀ ਇਹਦਾ ਮੁੱਲ ਜਰਸੀ ਵੈੜ ਕਿੱਥੋਂ 30,000 ਮੁੱਲ ਕਰਦਾ 30 ਦੀ ਦੇ ਦਾਂਗੇ ਉਹਦੇ ਵਿੱਚੋਂ ਆਪਾਂ ਮਾਣ ਤਾਣ ਕਰਾਂਗੇ ਜ਼ਰੂਰ 30 ਚੋਂ ਹਾਂਜੀ ਕਰਾਂਗੇ ਜ਼ਰੂਰ ਕਰਾਂਗੇ ਠੀਕ ਹੈ ਜੀ 30,000 ਦੇ ਵਿੱਚੋਂ ਵੀਰ ਕਹਿੰਦਾ ਵੀ ਮਾਣ ਤਾਣ ਹੋ ਜੂਗਾ ਠੀਕ ਹੈ ਦੋਸਤੋ ਬਾਕੀ ਆਹ ਤੁਹਾਡੇ ਸਾਹਮਣੇ ਆ ਹੀਰੇ ਸਿੰਘ ਦੇ ਹੀਰੇ ਭਾਈ ਨੰਬਰ ਬੋਲਿਓ ਆਪਣੇ ਸੰਪਰਕ ਨੰਬਰ 95013 ਇਹੋ ਨੰਬਰ ਇੱਕ ਹੀ ਆਪਣੇ ਕੋਲ ਹਾਂਜੀ ਇੱਕ ਹੀ ਨੰਬਰ ਚੱਲਦਾ ਵਾ ਜੀ ਠੀਕ ਹੈ ਭਰਾ ਹਾਂਜੀ ਅਤੇ ਇਹ ਨੰਬਰਾਂ 'ਤੇ ਦੋਸਤੋ ਤੁਸੀਂ ਕਾਲ ਕਰ ਲਿਓ ਠੀਕ ਆ ਪਸ਼ੂ ਜਿਹੜੇ ਦੋਸਤੋ ਅੱਜ 5 ਨਾਗ ਸੀਗੇ ਠੀਕ ਆ 3 ਮੱਝਾਂ ਤੁਹਾਨੂੰ ਦਿਖਾ ਦਿੱਤੀਆਂ ਗੱਲਾਂ ਦੱਸਾਂਗੇ ਉਹ ਗੱਲ ਰਿਗਲੂਗੀ ਇਹ ਨਹੀਂ ਝੂੜਦੇ ਕਿ ਗੱਲ ਦਾ ਰਿਗਲੂਗਾ ਹਾਂਜੀ ਠੀਕ ਹੈ ਭਰਾ ਹਾਂ ਮੀਣੀ ਦਾ ਵੇਖ ਲਓ ਆਪਾਂ ਕਿਹੜੀ ਗੱਲ ਦੱਸੀ ਉਹ ਗੱਲ ਹੋਊਗੀ ਠੀਕ ਆ ਵੱਡੀ ਮੱਝ ਦਾ ਦੋਸਤੋ ਮੀਨੀ ਮੈਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਸੀਗੀ ਮੰਜਾ ਡੈਂਦਾ ਪੂਰੀ ਪਲੀ ਆ ਪੂਰੇ ਚਮੜੀ ਦੀ ਉਹਨਾਂ ਦੋਸਤਾਂ ਉਤਰਾ ਘਰ ਵਾਲਿਆਂ ਨੇ ਸਾਨੂੰ ਆਖਿਆ 15 ਕਿਲੋ ਦਊਗੀ ਤੇ ਮੱਝ ਰੱਖ ਲਿਓ ਤੇ ਘੱਟ ਕੱਢੂਗੀ ਤੇ ਸਾਡੇ ਘਰੇ ਬੋਰਡ ਤੇ ਪਰ ਮੈਂ ਨਹੀਂ ਇਹ ਕੰਮ ਨਹੀਂ ਅਸੀਂ 14 ਕਿਲੋ ਦੀ ਗਰੰਟੀ ਦੇ ਦਾਂਗੇ ਭਾਈ ਕਿਸਮਤ ਆ ਜੀ ਅੱਗੇ ਲੈ ਕੇ ਜਾਣੀ ਅਗਲੇ ਦੀ ਕਿਸਮਤ ਮੱਝ ਆਪਾਂ ਨੂੰ ਪਤਾ ਲੱਗ ਜਾਂਦਾ 14 ਕਿਲੋ ਦੁੱਧ ਕੀ ਜਾਂਦਾ ਐਡੀ ਮੱਝ ਬਿਲਕੁਲ ਬਿਲਕੁਲ ਹਾਂਜੀ ਫਿਲਹਾਲ ਆਪਾਂ ਕੋਈ ਚੰਗਾ ਸੋਚ ਕੇ ਲਈਏ ਕੋਈ ਜਿਹਨੇ ਲੈ ਕੇ ਜਾਣੀ ਉਹਨੇ ਆਪਦੀ ਪੂਰੀ ਸੋਚ ਸਮਝਣਾ ਚੀਜ਼ ਲਿਜਾਣੀ ਹੈ ਵੀ ਐਡੀ ਮੱਝ ਨੂੰ ਵੈਸੇ ਕੋਈ 12 13 14 ਆਉਂਦਾ ਕੁਛ ਨਹੀਂ ਇਹੋ ਜਿਹੀਆਂ ਮੱਝਾਂ ਦਾ ਲੱਖ ਲੱਖ ਸਵਾ ਸਵਾ ਲੱਖ ਮੰਗੀ ਜਾਂਦੇ ਕਈ ਬਿਲਕੁਲ ਬਿਲਕੁਲ ਹਾਂਜੀ ਜੈ ਆਪਾਂ ਭਾਈ 75,000 ਦੀ ਦੇਣੀ ਸੀ ਨਾ ਹਾਂ 75,000 ਦੀ ਦੇ ਦਾਂਗੇ ਠੀਕ ਹੈ ਠੀਕ ਹੈ 75,000 ਦੀ ਹਾਂਜੀ ਸੋ ਅੱਜ ਦੋਸਤੋ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੋ ਲੱਖ ਜਿਹੜੇ ਦਿਖਾਉਣੇ ਸੀਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ